ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਚ ਸਥਿਤ ਪ੍ਰਸਿੱਧ ਤੀਰਥ ਸਥਲ ਬਦਰੀਨਾਥ ਦੇ ਦਰਵਾਜ਼ੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਅੱਜ ਸਵੇਰੇ ਖੁੱਲ ਗਏ ਦਰਵਾਜ਼ੇ ਖੁੱਲਣ ਤੋਂ ਪਹਿਲਾਂ ਇਸ ਪਵਿੱਤਰ ਤੀਰਥ ਸਥਲ ਨੂੰ ਤਾਜ਼ੇ ਗੇਂਦੇ ਦੇ ਫੁੱਲਾਂ ਨਾਲ ਸਜਾਇਆ ਗਿਆ ਸੀ ਬਦਰੀਨਾਥ ਤੀਰਥ ਸਥਲ ਦੇ ਦਰਵਾਜ਼ੇ ਖੁੱਲਣ ਦੇ ਨਾਲ ਹੀ ਬਦਰੀਨਾਥ ਧਾਮ ਪਹੁੰਚਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਇਸ ਦੌਰਾਨ ਚਾਰ ਧਾਮ ਯਾਤਰਾ ਦੇ ਪਹਿਲੇ ਦਿਨ 43000 ਤੋਂ ਵੱਧ ਸ਼ਰਧਾਲੂਆਂ ਨੇ ਕੇਦਾਰਨਾਥ, ਗੰਗੋত্রী ਅਤੇ ਯਮਨੋਤਰੀ ਧਾਮ ਦੇ ਦਰਸ਼ਨ ਕੀਤੇ।